ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਸ਼ੋਭਿਤ ਗੁਰੂ ਖਾਲਸਾ ਸਤਸੰਗਤ ਜੀਓ, ਧੰਨਤਾ ਦੇ ਯੋਗ ਹੋ, ਅੰਮ੍ਰਿਤ ਵੇਲੇ ਤੋਂ ਗੁਰੂ ਪਾਤਸ਼ਾਹ ਦੇ ਦਰਬਾਰ ਦੇ ਅੰਦਰ ਹਾਜ਼ਰੀਆਂ ਭਰ ਕੇ ਜੀਵਨ ਦਾ ਲਾਹਾ ਲੈ ਰਹੇ ਹਾਂ। ਆਪ ਜੀ ਨੇ ਗੁਰਬਾਣੀ ਦਾ ਰਸਪਿੰਨਾ ਕੀਰਤਨ ਆਸ਼ਾ ਕੀ ਵਾਰ ਉਪਰੰਤ ਹਜ਼ੂਰ ਦਾ ਅੰਮ੍ਰਿਤ ਵੇਲੇ ਦਾ ਫੁਰਮਾਨ ਸ਼ਰਧਾ ਅਤੇ ਪਿਆਰ ਦੇ ਨਾਲ ਸ਼ਰਵਣ ਕੀਤਾ ਹੈ, ਆਨੰਦ ਮਾਣਿਆ ਹੈ। ਅੱਜ ਸ਼ਾਮ ਦਾ ਦੀਵਾਨ ਕੀਰਤਨ ਦਰਬਾਰ ਭਾਈ ਜਸਵੀਰ ਸਿੰਘ, ਕੁਲਦੀਪ ਸਿੰਘ ਜੀ ਕੋਹਲੀ ਪਰਿਵਾਰ ਉਹਨਾਂ ਵੱਲੋਂ ਅਤੇ ਉਪਰੰਤ ਹਰਮਿੰਦਰ ਸਿੰਘ ਜੀ ਕੈਨੇਡਾ ਵਾਲੇ ਸ਼ਾਮ ਦੇ ਦੀਵਾਨ ਦੇ ਅੰਦਰ ਹਾਜ਼ਰੀਆਂ ਭਰ ਰਹੇ ਹਨ। ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਜੀਵਨ ਦਾ ਲਾਹਾ ਲਓ ਜੀ। ਉਪਰੰਤ ਲੜੀਵਾਰ ਗੁਰਬਾਣੀ ਵਿਚਾਰ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਉਚਾਰਨ ਕੀਤੀ ਹੋਈ ਰਚਨਾ ਇਹ ਜਾਪ ਸਾਹਿਬ ਦੀ ਬਾਣੀ, ਨਿਤਨੇਮ ਦੀ ਬਾਣੀ, ਅੰਮ੍ਰਿਤਮਈ ਬਾਣੀ।
185 ਨੰਬਰ ਛੰਦ ਤੋਂ ਇਹ ਪਾਠ ਅੱਜ ਆਰੰਭ ਹੋਣ ਲੱਗਾ ਹੈ ਅਤੇ ਇਹ ਛੰਦ ਨੂੰ ਸਤਿਗੁਰੂ ਜੀ ਆਰੰਭ ਕਰਦੇ ਹਨ ਭੁਜੰਗ ਪ੍ਰਯਾਤ ਛੰਦ ਵੀਹ ਨੰਬਰ ਦਾ ਇਹ ਛੰਦ ਇਸ ਤੋਂ ਪਹਿਲਾਂ 19 ਛੰਦ ਇਸ ਜਾਪ ਸਾਹਿਬ ਦੇ ਅੰਦਰ ਆ ਚੁੱਕੇ ਹਨ ਜੋ ਸਤਿਗੁਰੂ ਦੀ ਕਿਰਪਾ ਦੇ ਨਾਲ ਵਿਚਾਰ ਕਰਦਿਆਂ ਕਰਦਿਆਂ ਇੱਥੇ ਤੱਕ ਪਹੁੰਚੇ ਹਾਂ ਭੁਜੰਗ ਪ੍ਰਯਾਤ ਛੰਦ ਭੁਜੰਗ ਕਹਿੰਦੇ ਨੇ ਸਰਪ ਸੱਪ ਨੂੰ ਜਿਸ ਤਰ੍ਹਾਂ ਸੱਪ ਟੇਢੀ ਚਾਲ ਚੱਲਦਾ ਹੋਇਆ ਵਿੰਗ ਵੱਲ ਖਾਂਦਾ ਹੋਇਆ ਅੱਗੇ ਵੱਧਦਾ ਹੈ ਜਾਂ ਫਿਰ ਜੋ ਗੁਰੂ ਮਹਾਰਾਜ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਉਹ ਆਪਣੇ ਬੱਚੇ ਨੂੰ ਭੁਚੰਗੀ ਆਖਦੇ ਹਨ ਤੀਸਰੇ ਨੰਬਰ 'ਤੇ ਬਾਣੀ ਦੇ ਅੰਦਰ ਵੀ ਜ਼ਿਕਰ ਆਇਆ ਹੈ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ 12 ਮਹਾਂ ਤੁਖਾਰੀ ਰਾਗ ਦੇ ਅੰਦਰ ਉਹਦੇ ਅੰਦਰ ਸਾਹਿਬਾਂ ਨੇ ਜ਼ਿਕਰ ਕੀਤਾ ਭੁਜੰਗਮ ਫਿਰਹੇ ਡਸੰਤੇ ਉੱਥੇ ਵੀ ਭੁਚੰਗੀ ਇਹ ਭੁਜੰਗ ਸ਼ਬਦ ਆਇਆ ਹੈ ਪ੍ਰਯਾਤ ਪਰ ਅਤੇ ਯਾਤ ਦੋ ਸ਼ਬਦ ਹਨ ਇਸਦਾ ਭਾਵ ਹੈ ਜਿਸ ਨੂੰ ਇਕੱਠਾ ਪੜ੍ਹਾਂਗੇ ਪ੍ਰਯਾਤ ਅਤੇ ਫਿਰ ਇਸਦਾ ਅਰਥ ਬਣੇਗਾ ਪਰਲੇ ਪਾਸੇ ਦੂਸਰਾ ਪਾਸਾ ਦੂਸਰਾ ਕਿਨਾਰਾ ਭਾਵ ਕੇ ਪਰਲੋਕ ਜੇ ਇਸ ਨੂੰ ਵਿਚਾਰਨਾ ਹੋਵੇ ਤਾਂ ਫਿਰ ਪਰ ਅਤੇ ਯਾਤ ਵੱਖ ਵੱਖ ਕਰ ਲਈਏ ਫਿਰ ਉਹਦਾ ਅਰਥ ਬਣੇਗਾ ਪਰ ਕਹਿੰਦੇ ਨੇ ਖੰਭਾਂ ਨੂੰ ਯਾਤ ਕਹਿੰਦੇ ਨੇ ਯਾਤਰਾ ਨੂੰ ਨਿਰੰਕਾਰ ਵਾਹਿਗੁਰੂ ਜੀ ਨੇ ਇਸ ਟੇਢੇ ਮੇਢੇ ਚੱਲਣ ਵਾਲੇ ਇਸ ਮਨ ਨੂੰ ਜੋ ਸੱਪ ਦੀ ਚਾਲ ਦੀ ਤਰ੍ਹਾਂ ਵਿੰਗਾ ਟੇਢਾ ਚੱਲਦਾ ਪਿਆ ਸੀ ਇਸ ਦੀ ਸੁਰਤ ਨੂੰ ਪਰ ਲਗਾ ਦਿੱਤੇ ਖੰਭ ਲਗਾ ਦਿੱਤੇ ਇਸ ਲਈ ਕਿ ਯਾਤ ਕਹੀਏ ਯਾਤਰਾ ਕਰ ਸਕੇ ਮਾਤ ਲੋਕ ਤੋਂ ਨਿਰੰਕਾਰ ਦੇ ਦੇਸ਼ ਤੱਕ ਭੁਜੰਗ ਪ੍ਰਯਾਤ ਛੰਦ 185 ਨੰਬਰ ਤੋਂ ਸਤਿਗੁਰੂ ਜੀ ਬਖਸ਼ਿਸ਼ ਕਰਨ ਲੱਗੇ ਹਨ ਆਓ ਕਿਰਪਾ ਕਰੋ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਚੰਦਰ ਚੰਦਰੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦ੍ਰ ਇੰਦਰੇ ਨਮੋ ਰਾਜ ਰਾਜੇ ਨਮੋ ਇੰਦ੍ਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜ਼ੂਰ
ਕਲਗੀ ਧਰ ਪਾਤਸ਼ਾਹ ਸੂਰਜ ਨੂੰ ਨਮਸਕਾਰ ਕਰ ਰਹੇ ਹਨ। ਉਹਨਾਂ ਦੀ ਬਾਣੀ ਦੀ ਜੋ ਵਿਚਾਰ ਹੈ ਜੋ ਕਹਿੰਦੇ ਹਨ ਕਿ ਤੁਮ ਹੈ ਛਾੜ ਕੋਈ ਅਵਰ ਨਾ ਧਿਆਉ, ਹੇ ਨਿਰੰਕਾਰ ਵਾਹਿਗੁਰੂ ਤੇਰੇ ਤੋਂ ਬਿਨਾਂ ਮੈਂ ਕਿਸੇ ਹੋਰ ਨੂੰ ਨਹੀਂ। ਅਨੇਕ ਕਹਿ ਮਤ ਏਕ ਨਾ ਮਾਨਿਓ, ਕਾਨ ਸੁਣੇ ਪਹਿਚਾਨ ਨ ਤਿੰਨ ਸੌ, ਮੈਂ ਕੰਨਾਂ ਨਾਲ ਸੁਣਿਆ ਤੇ ਹੈ ਕੋਈ ਕ੍ਰਿਸ਼ਨ ਹੋਏ ਹਨ ਪਰ ਮੇਰੀ ਉਹਨਾਂ ਦੇ ਨਾਲ ਪਹਿਚਾਣ ਨਹੀਂ, ਮੈਂ ਉਹਨਾਂ ਨੂੰ ਜਾਣਦਾ ਨਹੀਂ। ਫਿਰ ਉਸ ਸਮੇਂ ਦੇ ਹਾਲਾਤ ਸਮਾਜ ਦੇ ਅੰਦਰ ਜੋ ਧਰਮ ਪ੍ਰਚਲਿਤ ਸੀ, ਪਹਿਲਾਂ ਗੁਰੂ ਨਾਨਕ ਦੇ ਵੇਲੇ ਵੀ ਐਸਾ ਕੌਤਕ ਹੋਇਆ ਜਦੋਂ ਸਤਿਗੁਰੂ ਇੱਥੇ ਹਰਿਦੁਆਰ ਆਏ ਸਨ। ਅੰਮ੍ਰਿਤ ਵੇਲੇ ਦੀ ਸ਼ਾਇਦ ਹੀ ਕਿਸੇ ਨੂੰ ਸੁਰਤ ਹੋਵੇ, ਧਿਆਨ ਹੋਵੇ ਕਿ ਅੰਮ੍ਰਿਤ ਵੇਲਾ ਕੀ ਹੈ। ਜਿਸ ਵੇਲੇ ਸੂਰਜ ਨੇ ਚੜ੍ਹਨਾ, ਉਸ ਦੀਆਂ ਸੂਰਜ ਦੀਆਂ ਕਿਰਨਾਂ ਧਰਤੀ 'ਤੇ ਆਉਣੀਆਂ, ਰੋਸ਼ਨੀ ਆਉਣੀ, ਉਸ ਵੇਲੇ ਲੋਕਾਂ ਨੇ ਉੱਠ ਕੇ ਆਉਣਾ ਅਤੇ ਗੰਗਾ ਦੇ ਅੰਦਰ ਇਸ਼ਨਾਨ ਕਰਨਾ ਅਤੇ ਸੂਰਜ ਨੂੰ ਜਲ ਭੇਟ ਕਰਨਾ ਕਿ ਪਿਤਰਾਂ ਨੂੰ ਜਲ ਦੇ ਰਹੇ ਹਾਂ। ਇਹ ਕੌਤਕ ਉਸ ਵੇਲੇ ਹੋਇਆ ਅਤੇ ਸਤਿਗੁਰਾਂ ਨੇ ਮਤ ਦਿੱਤੀ ਅਤੇ ਇਹਨਾਂ ਨੂੰ ਸਮਝਾਇਆ ਸੀ। ਜਦੋਂ ਵੇਖ ਕੇ ਹੱਸਦੇ ਸਨ, ਮਖੌਲ ਕਰਦੇ ਸਨ ਕਿ ਇਹਦੀ ਹੋਸ਼ ਟਿਕਾਣੇ ਹੈ, ਉਹ ਪਾਣੀ ਇੱਧਰ ਸੂਰਜ ਵੱਲ ਦੇਣਾ, ਇਹ ਇੱਧਰ ਪਿਛਲੇ ਪਾਸੇ ਛਿਪਦੇ ਪਾਸੇ ਹੈ। ਅਤੇ ਕੋਲ ਆ ਕੇ ਕੁਛ ਸੱਜਣਾ ਨੇ ਆਖਿਆ ਇੱਧਰਲੇ ਪਾਸੇ ਨਹੀਂ, ਪਾਣੀ ਇੱਧਰ ਨੂੰ ਦੇਈਦਾ ਸੂਰਜ ਵਾਲੇ ਪਾਸੇ। ਸਤਿਗੁਰੂ ਕਹਿਣ ਲੱਗੇ ਤੁਸੀਂ ਪਾਣੀ ਕਿਉਂ ਇੱਧਰਲੇ ਪਾਸੇ ਦਿੰਦੇ ਹੋ? ਕਹਿੰਦੇ ਪਿਤਰਾਂ ਨੂੰ ਦੇ ਰਹੇ ਹਾਂ, ਸੂਰਜ ਨੂੰ ਜਲ ਭੇਟ ਕਰ ਰਹੇ ਹਾਂ। ਅਤੇ ਹਜ਼ੂਰ ਕਹਿਣ ਲੱਗੇ ਮੈਂ ਜਿਸ ਵੇਲੇ ਘਰੋਂ ਚੱਲ ਕੇ ਆਇਆ ਸਾਂ ਪੰਜਾਬ ਦੀ ਧਰਤੀ ਤੋਂ ਅਤੇ ਖੇਤੀ ਬੀਜ ਕੇ ਆਇਆ ਸਾਂ ਅਤੇ ਖੇਤੀ ਕਿਧਰੇ ਸੁੱਕ ਨਾ ਜਾਵੇ ਉਸਨੂੰ ਪਾਣੀ ਦੇ ਰਿਹਾ, ਹੋਰ ਖਿਲਖਿਲਾ ਕੇ ਅਸੀਂ। ਕਹਿੰਦੇ ਬੜਾ ਭੋਲਾ ਹੈ, ਉਹ ਇੱਥੇ ਹਰਿਦੁਆਰ ਖਲੋਤਾ ਹੋਇਆ ਹੈ ਅਤੇ ਤੇਰਾ ਇੱਥੋਂ ਹਰਿਦੁਆਰ ਤੋਂ ਪਾਣੀ ਪੰਜਾਬ ਦੀ ਧਰਤੀ ਅਤੇ ਖੇਤਾਂ ਦੇ ਅੰਦਰ ਕਿਸ ਤਰ੍ਹਾਂ ਪਹੁੰਚ ਜਾਵੇਗਾ? ਹੁਣ ਸਤਿਗੁਰੂ ਨੂੰ ਮੌਕਾ ਮਿਲ ਗਿਆ। ਸਤਿਗੁਰੂ ਇਸ ਤਰ੍ਹਾਂ ਦਾ ਮੌਕਾ ਬਣਾ ਦਿੰਦੇ ਸਨ, ਇਹ ਉਹਨਾਂ ਦੇ ਕੌਤਕ ਸਨ। ਕਹਿਣ ਲੱਗੇ ਜੇ ਮੇਰਾ ਭੇਜਿਆ ਹੋਇਆ ਜਲ ਪੰਜਾਬ ਦੀ ਧਰਤੀ 'ਤੇ 2-400 ਕਿਲੋਮੀਟਰ ਤੱਕ ਨਹੀਂ ਪਹੁੰਚ ਸਕਦਾ ਅਤੇ 9 ਕਰੋੜ ਮੀਲ ਇਹ ਸੂਰਜ ਦੀ ਧਰਤੀ ਅਤੇ ਉੱਥੇ ਤੱਕ ਤੁਹਾਡਾ ਪਿੱਤਰਾਂ ਤੱਕ ਪਾਣੀ ਕਿਸ ਤਰ੍ਹਾਂ ਪਹੁੰਚੇਗਾ? ਜਿਸ ਵੇਲੇ ਪਤੇ ਦੀ ਗੱਲ ਆਖੀ ਉਹਨਾਂ ਦਾ ਵੀ ਮੱਥਾ ਠਣਕਿਆ, ਕਹਿੰਦੇ ਗੱਲ ਤਾਂ ਬਿਲਕੁਲ ਠੀਕ ਹੈ, ਜੇ ਸਾਡਾ ਇੱਥੇ 2-400 ਮੀਲ 'ਤੇ ਪਾਣੀ ਨਹੀਂ ਪਹੁੰਚ ਸਕਦਾ ਤਾਂ ਪਿੱਤਰ ਲੋਕ ਤੱਕ, ਸੂਰਜ ਲੋਕ ਤੱਕ ਪਾਣੀ ਕਿਸ ਤਰ੍ਹਾਂ ਪਹੁੰਚੇਗਾ? ਸਮਝ ਗਏ ਕਿ ਕੋਈ ਸੁਲਝਿਆ ਹੋਇਆ ਸਮਝਦਾਰ ਮਨੁੱਖ ਹੈ। ਹੱਥ ਜੋੜੇ, ਆਓ ਕਿਰਪਾ ਕਰੋ, ਕੁਛ ਸਾਨੂੰ ਸਮਝਾਓ, ਉਪਦੇਸ਼ ਦਿਓ, ਬਚਨ ਦਿਓ। ਅਤੇ ਉਸ ਵੇਲੇ ਸਤਿਗੁਰਾਂ ਨੇ ਇਹਨਾਂ ਨੂੰ ਮਤ ਦਿੱਤੀ, ਉਪਦੇਸ਼ ਬਖਸ਼ਿਸ਼ ਕੀਤਾ। ਹੁਣ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਇੱਥੇ ਭੁਜੰਗ ਪ੍ਰਯਾਤ ਛੰਦ ਦੇ ਅੰਦਰ ਬਖਸ਼ਿਸ਼ ਕਰਦੇ ਪਏ ਨੇ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ,
ਹੈ ਸੂਰਜ ਤੈਨੂੰ ਨਮਸਕਾਰ, ਹੈ ਚੰਦ ਤੈਨੂੰ ਨਮਸਕਾਰ, ਸਰਸਰੀ ਨਜ਼ਰ ਨਾਲ ਤਾਂ ਸਾਡੇ ਸਮਝ ਵਿੱਚ ਇਤਨਾ ਕੁ ਹੀ ਆਵੇਗਾ। ਜਿਸ ਵੇਲੇ ਵਿਚਾਰ ਦੇ ਨਾਲ ਪੜ੍ਹਨ ਦੀ ਕੋਸ਼ਿਸ਼ ਕਰਾਂਗੇ, ਥੋੜ੍ਹੀ ਗ੍ਰੈਮਰ ਦੀ ਵਿਆਕਰਣ ਦੀ ਸਮਝ ਹੋਏਗੀ। ਸਤਿਗੁਰੂ ਨੇ ਜੋ ਬਾਣੀ ਦੇ ਅੰਦਰ ਇਹ ਢੰਗ ਵਰਤਿਆ, ਸੂਰਜ ਇੱਕ ਬਚਨ ਹੈ, ਨਮੋ ਸੂਰਜ ਇੱਕ ਬਚਨ ਹੈ, ਸੂਰਜੇ ਬਹੁ ਬਚਨ ਹੈ। ਜਿਤਨੇ ਬ੍ਰਹਿਮੰਡ ਹਨ ਉਤਨੇ ਹੀ ਸੂਰਜ, ਪਰ ਉਹਨਾਂ ਸਾਰਿਆਂ ਸੂਰਜਾਂ ਨੂੰ ਤਪ ਦੇਣ ਵਾਲਾ, ਤਪਾਉਣ ਵਾਲਾ, ਗਰਮਾਇਸ਼ ਦੇਣ ਵਾਲਾ, ਬਰਕਤ ਦੇਣ ਵਾਲਾ, ਇਹ ਸੂਰਜ ਦੀਆਂ ਕਿਰਨਾਂ ਦੇ ਅੰਦਰ ਰੋਸ਼ਨੀ ਪੈਦਾ ਕਰਨ ਵਾਲਾ ਕੌਣ ਹੈ? ਕੇਵਲ ਇੱਕ ਸੂਰਜ ਜੋ ਇਹਨਾਂ ਸਾਰਿਆਂ ਨੂੰ ਬਰਕਤ ਬਖਸ਼ਦਾ ਪਿਆ, ਜਿਸ ਨੂੰ ਸਾਹਿਬਾਂ ਨੇ ਬਾਣੀ ਦੇ ਅੰਦਰ ਆਖਿਆ, ਤੂੰ ਮੇਰੀ ਓਟ, ਤੂੰ ਹੈ ਮੇਰਾ ਤਕੀਆ, ਮੇਰਾ ਆਸਰਾ, ਮੇਰਾ ਸਹਾਰਾ ਤੂੰ ਹੈ। ਹੇ ਨਿਰੰਕਾਰ ਵਾਹਿਗੁਰੂ, ਉਹ ਸੂਰਜ ਨਹੀਂ ਜੋ ਤੇਰੇ ਬਣਾਏ ਹੋਏ ਨੇ, ਉਹ ਚੰਦ ਨਹੀਂ ਜੋ ਤੇਰੇ ਬਣਾਏ ਹੋਏ ਨੇ, ਜਿਸ ਚੰਦ ਨੂੰ ਤੂੰ ਰਿਸ਼ਮਾਂ 'ਤੇ ਰੋਸ਼ਨੀ ਦੇਣਾ, ਜਿਸ ਚੰਦ ਨੂੰ, ਜਿਸ ਸੂਰਜ ਨੂੰ ਤੂੰ ਇਹ ਸੂਰਜ ਦੀਆਂ ਕਿਰਨਾਂ ਦੇ ਵਿੱਚ ਰੋਸ਼ਨੀ ਬਖਸ਼ਿਸ਼ ਕਰਨਾ। ਸੰਸਾਰ ਦੇ ਅੰਦਰ ਧਾਰਮਿਕ ਸਥਾਨ 'ਤੇ ਕੁਝ ਲੋਕਾਂ ਨੇ ਸੋਚਿਆ, ਇਹ ਧਰਮ ਦੇ ਕਰਮ ਸਮਝੇ ਜਾਂਦੇ ਸਨ, ਇਹ ਪੂਰਨਮਾਸ਼ੀਆਂ ਦੇ ਜੋੜ ਮੇਲੇ, ਚੰਦ ਦੀ ਪੂਜਾ, ਸੂਰਜ ਨੂੰ ਪਾਣੀ ਦੇਣਾ ਸੂਰਜ ਦੀ ਪੂਜਾ, ਧਾਰਮਿਕ ਦੁਨੀਆਂ ਦੇ ਅੰਦਰ ਕੁਝ ਲੋਕਾਂ ਨੇ ਇਸ ਤਰ੍ਹਾਂ ਦਾ ਇਹ ਸਿਲਸਿਲਾ ਜਾਰੀ ਕਰ ਦਿੱਤਾ, ਅਤੇ ਬਾਬਾ ਕਬੀਰ ਜੀ ਨੂੰ ਵੀ ਸਮਝਾਉਣਾ ਪਿਆ। ਬਕਾਇਦਾ ਬਾਣੀ ਦੇ ਅੰਦਰ ਸਮਝਾਉਂਦੇ ਹਨ, ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ। ਜੀਵਨ ਬਤੀਤ ਕਰਦਿਆਂ ਬੱਚੇ ਜਵਾਨ ਹੋ ਗਏ, ਬੱਚਿਆਂ ਦੇ ਹਵਾਲੇ ਕਰ ਦਿੱਤਾ, ਕਾਰੋਬਾਰ ਲਓ ਬਈ ਹੁਣ ਤੁਸੀਂ ਸੰਭਾਲੋ, ਮੈਂ ਹੁਣ ਬਜ਼ੁਰਗ ਅਵਸਥਾ ਦੇ ਵਿੱਚ ਹੋ ਗਿਆ, ਅਤੇ ਮੈਂ ਹੁਣ ਆਪਣੇ ਜੀਵਨ ਦੇ ਵਾਸਤੇ, ਮਨ ਦੀ ਭਾਵਨਾ ਤਾਂ ਬੜੀ ਚੰਗੀ ਸੀ, ਆਪਣੇ ਜੀਵਨ ਦੇ ਭਲੇ ਦੇ ਵਾਸਤੇ, ਕਿਉਂਕਿ ਨਿਰੰਕਾਰ ਨੇ ਮੈਨੂੰ ਮਨੁੱਖਾ ਜਨਮ ਬਖਸ਼ਿਸ਼ ਕੀਤਾ ਹੈ, ਅਤੇ ਮੈਂ ਕੁਝ ਭਜਨ ਬੰਦਗੀ ਕਰਾਂ, ਅਤੇ ਜੇ ਆਖਿਆ ਜਾਵੇ ਤਾਂ ਘਰ ਬੈਠ ਕੇ ਹੀ ਕਰ ਲੈ, ਘਰ ਦੇ ਅੰਦਰ ਤੈਨੂੰ ਉੱਪਰ ਚੁਬਾਰਾ ਬਣਾ ਦਿੰਦੇ ਹਾਂ ਜਾਂ ਕੋਈ ਵੱਖਰਾ ਰੂਮ ਬਣਾ ਦਿੰਦੇ ਹਾਂ, ਉੱਥੇ ਬੈਠ ਕੇ ਤੇਰੇ ਜਲ ਪਾਣੀ ਦੀ ਸੇਵਾ ਵੀ ਹੋਵੇਗੀ? ਕਹਿੰਦਾ ਨਹੀਂ। ਹੁਣ ਸਮਾਜ ਦੇ ਅੰਦਰ ਜਿਸ ਤਰ੍ਹਾਂ ਦਾ ਮਾਹੌਲ ਚੱਲਦਾ ਪਿਆ ਸੀ, ਉਸ ਮਾਹੌਲ ਨੂੰ ਲੈ ਕੇ ਇਹਨਾਂ ਲੋਕਾਂ ਨੇ ਉੱਧਰ ਨੂੰ ਚੱਲ ਪੈਣਾ। ਮਾਹੌਲ ਇਹ ਸੀ ਸਮਾਜ ਦੇ ਅੰਦਰ, ਧਰਮ ਦੇ ਪਾਸੇ ਵੱਲ ਜਿਹੜੀ ਰੁਚੀ ਸੀ ਉਹ ਇਹ ਸੀ, ਜਿਸ ਤਰ੍ਹਾਂ ਹਰਿਦੁਆਰ ਹੈ, ਇਲਾਹਾਬਾਦ, ਤਰਬੇਣੀ, ਪ੍ਰਯਾਗਰਾਜ ਹੈ, ਬਨਾਰਸ ਹੈ, ਜਿਨ੍ਹਾਂ ਨੂੰ ਪਵਿੱਤਰ ਸ਼ਹਿਰ ਮੰਨਿਆ ਗਿਆ, ਜਿੱਥੇ ਗੰਗਾ ਦੇ ਕਿਨਾਰੇ 'ਤੇ, ਉੱਥੇ ਜਾ ਕੇ ਰਵਾਂਗੇ, ਕੋਈ ਛੋਟੀ ਮੋਟੀ ਕੁਟੀਆ ਬਣਾ ਲਵਾਂਗੇ ਜਾਂ ਕੋਈ ਇੱਕ ਅੱਧਕ ਰੂਮ, ਕੋਈ ਛੋਟਾ ਮੋਟਾ ਕਮਰਾ ਬਣਾ ਲਵਾਂਗੇ, ਕੱਚਾ ਪੱਕਾ ਜੈਸਾ ਵੀ, ਉੱਥੇ ਰਹਿ ਕੇ ਰੋਜ਼ਾਨਾ ਗੰਗਾ ਦੇ ਦਰਸ਼ਨ ਵੀ ਕਰਾਂਗੇ, ਗੰਗਾ ਦਾ ਇਸ਼ਨਾਨ ਵੀ ਕਰਾਂਗੇ, ਗੰਗਾ ਦਾ ਜਲ ਵੀ ਪੀਵਾਂਗੇ,
ਅਤੇ ਹੋ ਸਕਦਾ ਹੈ ਉੱਥੇ ਰਹਿਣ ਦੇ ਕਾਰਨ ਮੇਰੀ ਮੁਕਤੀ ਹੋ ਜਾਵੇ, ਮੈਂ ਬੰਧਨਾਂ ਤੋਂ ਛੁਟਕਾਰਾ ਕਰ ਜਾਵਾਂ, ਜੋ ਜੀਵਨ ਦੇ ਅੰਦਰ ਜਾਣੇ ਅਣਜਾਣੇ ਭੁੱਲਾਂ ਕੀਤੀਆਂ ਨੇ ਉਹ ਭੁੱਲਾਂ ਮੇਰੀਆਂ ਬਖਸ਼ੀਆਂ ਜਾਣ। ਹੁਣੇ ਬਾਬਾ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸੁਸ਼ੋਭਿਤ ਹੈ। ਕਬੀਰ ਗੰਗਾ ਤੀਰ ਜੋ ਘਰ ਕਰੇ, ਗੰਗਾ ਤੀਰ, ਤੀਰ ਕਹਿੰਦੇ ਨੇ ਕਿਨਾਰਾ, ਉੱਥੇ ਜਾ ਕੇ ਘਰ ਬਣਾ ਲਿਆ। ਕੀ ਕਰ ਰਹੇ ਆ? ਪੀਵੇਂ ਨਿਰਮਲ ਨੀ, ਉਹ ਹੀ ਜਲ ਛਕਦਾ ਹੈ। ਪ੍ਰਸ਼ਾਦਾ ਪਾਣੀ ਜੋ ਤਿਆਰ ਕਰਨਾ ਹੈ ਉਹਦੇ ਅੰਦਰ ਵੀ ਉਸ ਜਲ ਦੇ ਨਾਲ ਹੀ ਵਰਤੋਂ ਕਰਦਾ, ਤਿਆਰ ਹੁੰਦਾ। ਇਹਨਾਂ ਲੋਕਾਂ ਨੇ ਆ ਕੇ ਸਮਾਜ ਦੇ ਅੰਦਰ ਇਸ ਢੰਗ ਦੇ ਨਾਲ ਧਰਮ ਦੀ ਦੁਨੀਆ ਦੇ ਅੰਦਰ ਪ੍ਰਵੇਸ਼ ਕੀਤਾ ਕਿ ਗੰਗਾ ਦੇ ਕਿਨਾਰੇ ਘਰ ਬਣਾ ਕੇ ਉੱਥੇ ਇਸ਼ਨਾਨ ਕਰਨਾ, ਰੋਜ਼ਾਨਾ ਗੰਗਾ ਦੇ ਦਰਸ਼ਨ ਕਰਨੇ ਅਤੇ ਉਸ ਜਲ ਨੂੰ ਛਕਣਾ, ਪੀਣਾ, ਸ਼ਾਇਦ ਮੇਰਾ ਭਲਾ ਹੋ ਜਾਏ। ਪਰ ਬਾਬਾ ਕਬੀਰ ਜੀ ਨੇ ਅੱਗੋਂ ਉੱਤਰ ਦੇ ਕੇ ਸਮਝਾ ਦਿੱਤਾ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹੇ ਰਮੇ ਕਵੀ। ਕਹਿੰਦੇ ਬਗੈਰ ਭਗਤੀ ਤੋਂ ਤੈਨੂੰ ਮੁਕਤ ਅਵਸਥਾ ਮਿਲਣੀ ਮੁਸ਼ਕਲ ਹੈ। ਤੂੰ ਭਗਤੀ ਤਾਂ ਕਰਦਾ ਨਹੀਂ, ਕੇਵਲ ਗੰਗਾ ਦੇ ਇਸ਼ਨਾਨ 'ਤੇ ਹੀ ਡਿਪੈਂਡ ਹੈ, ਨਿਰਭਰ ਹੈ ਕਿ ਸ਼ਾਇਦ ਰੋਜ਼ਾਨਾ ਇਸ਼ਨਾਨ ਕਰਨ ਦੇ ਨਾਲ ਮੇਰੀ ਮੁਕਤੀ ਹੋ ਜਾਏਗੀ। ਪ੍ਰਬੰਧਕੀ ਤੂੰ ਕਰਦਾ ਕੋਈ ਨਹੀਂ, ਰੱਬ ਨੂੰ ਯਾਦ ਕਰਦਾ ਕੋਈ ਨਹੀਂ। ਭਗਤੀ ਨਹੀਂ ਕੀਤੀ ਤੇ ਬੰਧਨ ਨਹੀਂ ਮੁੱਕਣਗੇ। ਧਾਰਮਿਕ ਸਥਾਨ 'ਤੇ ਪਹੁੰਚ ਕੇ, ਧਾਰਮਿਕ ਤੀਰਥ ਯਾਤਰਾ 'ਤੇ ਪਹੁੰਚ ਕੇ ਉੱਥੇ ਰਹਿਣ ਦੇ ਨਾਲ ਵੀ ਤੇਰੇ ਬੰਧਨ ਮੁੱਕ ਨਹੀਂ ਸਕਦੇ। ਬਾਬਾ ਕਬੀਰ ਜੀ ਇਸ ਤਰ੍ਹਾਂ ਦੇ ਜੋ ਸਤਵਾਦੀ ਮਹਾਂਪੁਰਸ਼ ਹੁੰਦੇ ਨੇ ਬਿਲਕੁਲ ਸੱਚੀ ਗੱਲ ਸਾਹਮਣੇ ਕਹਿ ਦੇਣੀ। ਕਹਿੰਦੇ ਕੀ ਕਰਨਾ ਹੋਵੇਗਾ? ਕਹਿੰਦੇ ਇੱਕ ਤਾਂ ਭਗਤੀ ਕਰਨੀ ਹੋਵੇਗੀ, ਅਤੇ ਭਗਤੀ ਵੀ ਇੱਥੇ ਦੋ ਤਰ੍ਹਾਂ ਦੀ ਹੈ, ਇੱਕ ਹੈ ਬਾਹਰੋਂ ਬਾਹਰੋਂ ਅਤੇ ਇੱਕ ਹੈ ਅੰਦਰੋਂ। ਜਿਤਨੀ ਦੇਰ ਤੱਕ ਤੂੰ ਬਾਹਰੋਂ ਬਾਹਰੋਂ ਭਗਤੀ ਕਰਨਾ ਪਿਆ ਅਤੇ ਅੰਦਰੋਂ ਆਪਣੇ ਮਨ ਦੇ ਸੁਭਾਵ ਨੂੰ, ਉਹਦੀਆਂ ਆਦਤਾਂ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦਾ, ਤੈਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ, ਆਪਣੇ ਮਨ ਨੂੰ ਬਦਲਣਾ ਪਵੇਗਾ। ਇਸ ਤਰ੍ਹਾਂ ਦੇ ਮਾਹੌਲ, ਇਸ ਤਰ੍ਹਾਂ ਦੇ ਸਹਾਰੇ ਦੇ ਅੰਦਰ, ਕਿਉਂਕਿ ਪਿੱਛੇ ਜ਼ਿਕਰ ਆ ਚੁੱਕਾ ਹੈ ਜਾਪ ਸਾਹਿਬ ਦੇ ਅੰਦਰ, ਕਰੁਣਾਲੇ ਹੈ, ਤੂੰ ਕਿਰਪਾ ਦਾ ਘਰ, ਰਹਿਮ ਦਾ ਘਰ, ਤਰਸ ਦਾ ਘਰ ਹੈ। ਹੇ ਨਿਰੰਕਾਰ ਵਾਹਿਗੁਰੂ, ਤੂੰ ਕਰਣਾ ਦਾ ਸਮੁੰਦਰ ਹੈ। ਕਹਿੰਦੇ ਪਾਰਲੇ ਪਾਸੇ ਦੀ ਯਾਤਰਾ ਇਸ ਲੋਕ ਤੋਂ ਪਰਲੋਕ ਤੱਕ ਸੁਰਤ ਜੁੜ ਜਾਵੇ, ਉਸ ਮਾਲਕ ਦੇ ਨਾਲ ਸੰਬੰਧ ਕਾਇਮ ਹੋ ਜਾਵੇ, ਅਤੇ ਫਿਰ ਜੀਵਨ ਸਫਲ ਹੁੰਦਾ ਹੈ। ਜਿਸ ਨੂੰ ਸਾਹਿਬਾਂ ਆਖਿਆ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਪਰਲੋਕ ਤਾਂ ਸਫਲਾ ਹੋਵੇਗਾ, ਉਸ ਦੂਸਰੀ ਦੁਨੀਆ ਦੇ ਅੰਦਰ ਸੰਬੰਧ ਤਾਂ ਬਣੇਗਾ, ਉਸ ਨਾਲ ਜੁੜਨਾ, ਉਸ ਨਾਲ ਸੰਬੰਧ ਰੱਖਣਾ, ਅਤੇ ਜੁੜਨਾ ਜ਼ਰੂਰ ਪੈਣਾ, ਜੁੜੇ ਤੋਂ ਬਿਨਾਂ ਇਹ ਬੰਧਨਾਂ ਤੋਂ ਛੁਟਕਾਰਾ ਨਹੀਂ। ਸਤਿਗੁਰਾਂ ਨੇ ਇੱਕ ਹੋਰ ਬਚਨ ਬਾਣੀ ਵਿੱਚ ਆਖਿਆ, ਕਹਿਣ ਲੱਗੇ ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾ। ਜਿੱਥੇ ਜਾ ਕੇ ਤੂੰ ਹਮੇਸ਼ਾ ਰਹਿਣਾ, ਇਸ ਜੀਵਨ ਦੀ ਯਾਤਰਾ ਸੰਪੂਰਨ ਹੋਣ ਤੋਂ ਬਾਅਦ ਉਹਦਾ ਤੈਨੂੰ ਧਿਆਨ ਹੀ ਕਦੇ ਕੋਈ ਨਹੀਂ ਆਇਆ। ਜਿੱਥੇ ਜਾਏ ਤੁਧ ਵਰਤਣਾ, ਉਸਨੂੰ ਕਦੇ ਆਪਣੇ ਖਿਆਲ ਵਿੱਚ ਹੀ ਨਹੀਂ ਲਿਆਂਦਾ। ਸਤਿਗੁਰੂ ਕਹਿਣ ਲੱਗੇ
ਇਹ ਪ੍ਰਯਾਤ ਭੁਜੰਗ ਪ੍ਰਯਾਤ ਵਿਦਵਾਨਾਂ ਨੇ ਜੋ ਫਿਲੋਸਫਾਨਾ ਢੰਗ ਦੇ ਨਾਲ ਇਹਦੇ ਅਰਥ ਕੀਤੇ ਨੇ, ਪਰ ਦਾ ਭਾਵ ਹੈ ਖੰਭ, ਯਾਤ ਦਾ ਭਾਵ ਹੈ ਯਾਤਰਾ ਕਰਨੀ, ਖੰਭਾਂ ਦੇ ਨਾਲ ਪੰਛੀ ਉੱਡਦਾ ਹੈ। ਕਹਿੰਦੇ ਗੁਰੂ ਦੇ ਸਿੱਖ ਦੀ ਸੁਰਤ ਨੂੰ ਬਾਣੀ ਦੇ ਸ਼ਬਦਾਂ ਦੇ ਖੰਭ ਲੱਗ ਜਾਣੇ ਨੇ, ਸੇਵਾ ਅਤੇ ਸਿਮਰਨ ਦੇ ਖੰਭ ਲੱਗ ਜਾਣੇ ਨੇ। ਇਹਨਾਂ ਖੰਭਾਂ ਦੇ ਨਾਲ ਉਡਾਰੀ ਮਾਰ ਕੇ ਇਸਨੇ ਉਸ ਮਾਲਕ ਦੇ ਦੇਸ਼ ਤੱਕ ਪਹੁੰਚ ਜਾਣਾ ਹੈ, ਮਾਲਕ ਦੇ ਦਰ 'ਤੇ ਪ੍ਰਵਾਨ ਹੋਣਾ ਹੈ। ਇਹਨਾਂ ਖੰਭਾਂ ਦੇ ਨਾਲ ਹੀ ਰੱਬ ਦੇ ਦੇਸ਼ ਦੀ ਯਾਤਰਾ ਹੋ ਸਕਦੀ ਹੈ, ਉਡਾਣ ਭਰੀ ਜਾ ਸਕਦੀ ਹੈ। ਇਸ ਲਈ ਸਿੱਖ ਨੂੰ ਸ਼ਬਦ ਦੇ ਨਾਲ ਨਾਤਾ ਜੋੜਨ ਦੇ ਵਾਸਤੇ ਪ੍ਰੇਰਣਾ ਦਿੱਤੀ। ਬਾਣੀ ਸਾਨੂੰ ਇਸ ਲੋਕ ਤੋਂ ਪ੍ਰਲੋਕ ਤੱਕ ਦਾ ਰਸਤਾ ਵਿਖਾਉਂਦੀ ਹੈ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਇਹ ਸੂਰਜਾਂ ਨੂੰ ਬਣਾਉਣ ਵਾਲੇ ਮਹਾਨ ਇੱਕ ਸੂਰਜ ਹੈ, ਜਿਸ ਨੂੰ ਨੂਰ, ਜਿਸ ਨੂੰ ਪ੍ਰਕਾਸ਼ ਆਖਿਆ, ਨੂਰ ਆਖਿਆ, ਰੋਸ਼ਨੀ ਆਖਿਆ। ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਹੋਰ ਬਚਨ ਆਉਂਦਾ ਹੈ, ਹੇ ਰੱਬ, ਹੇ ਸੱਸ, ਐ ਸੂਰਜ, ਐ ਚੰਦ, ਮੇਰੀ ਅਬੈ ਬੇਨਤੀ ਸੁਣ ਲਈਜੈ। ਪਰਮਾਤਮਾ, ਤੂੰ ਚੰਦ ਦੀ ਤਰ੍ਹਾਂ ਸ਼ੀਤਲ ਹੈ, ਠੰਡਕ ਦੇਣਾ। ਹੇ ਪਰਮਾਤਮਾ, ਤੇਰੇ ਅੰਦਰ ਸੂਰਜ ਵਰਗਾ ਤਪ ਤੇਜ ਵੀ ਹੈ, ਤੇਜ ਪ੍ਰਤਾਪ ਵੀ ਹੈ, ਵੀਰ ਰਸ਼ ਵੀ ਹੈ। ਜਿੱਥੇ ਮੈਂ ਇਹ ਸਮਝਾਂਗਾ ਕਿ ਸਤਿਗੁਰੂ ਜੀ ਸੂਰਜ ਨੂੰ ਨਮਸਕਾਰ ਕਰਦੇ ਪਏ ਨੇ ਅਤੇ ਕਹਿੰਦੇ ਏਕ ਬਿਨਾ ਨਹਿ ਏਕ ਨਾ ਮਾਨੈ, ਉਸ ਇੱਕ ਤੋਂ ਬਿਨਾ ਮੈਂ ਕਿਸੇ ਹੋਰ ਨੂੰ ਨਹੀਂ ਮੰਨਦਾ। ਤੁਮੇ ਹੀ ਛਾੜ ਕੋਈ ਅਵਰ ਨਾ ਧਿਆਉ, ਜੋ ਵਰ ਚਾਹੋ ਸੋ ਤੁਮ ਤੇ ਪਾਉ। ਹੇ ਨਿਰੰਕਾਰ ਵਾਹਿਗੁਰੂ, ਜੋ ਮੇਰੀ ਚਾਹਤ ਹੈ ਉਹ ਮੈਂ ਤੇਰੇ ਕੋਲੋਂ ਲੈਂਦਾ, ਕਿਸੇ ਹੋਰ ਚੰਦ ਜਾਂ ਸੂਰਜ ਦੇ ਕੋਲੋਂ ਨਹੀਂ। ਉਹ ਸੂਰਜ ਦੀ ਅੱਗੇ ਨਹੀਂ ਝੁਕੇ, ਪਰ ਜਿਸ ਵੇਲੇ ਮੈਂ ਸਰਸਰੀ ਨਜ਼ਰ ਦੇ ਨਾਲ ਬਿਨਾਂ ਵਿਚਾਰ ਤੋਂ ਪੰਕਤੀ ਨੂੰ ਪੜ੍ਹ ਜਾਵਾਂਗਾ ਤਾਂ ਮੈਨੂੰ ਇੰਝ ਲੱਗੇਗਾ ਕਿ ਸੂਰਜ ਨੂੰ ਨਮਸਕਾਰ ਕਰਦੇ ਪਏ ਨੇ। ਕੱਲ੍ਹ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲਿਆਂ ਦੀ ਗਿਣਤੀ ਫਿਰ ਘੱਟ ਹੋ ਜਾਏਗੀ ਅਤੇ ਸੂਰਜ ਨੂੰ ਮੱਥਾ ਟੇਕਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਜਾਏਗੀ, ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਮੱਥਾ ਟੇਕਿਆ। ਬਸ ਇਹੀ ਸਮਝਣ ਵਾਲੀ ਗੱਲ ਹੈ। ਉਹਨਾਂ ਨੇ ਜੋ ਵਿਚਾਰ ਬਖਸ਼ਿਸ਼ ਕੀਤੀ, ਕਹਿਣ ਲੱਗੇ ਧਾਰਮਿਕ ਦੁਨੀਆ ਦੇ ਅੰਦਰ ਜਿਸ ਮਨੁੱਖ ਦਾ ਕੱਦ ਸਮਦਰ ਹੈ, ਮਦਰਾ ਕੱਦ ਹੈ, ਅੰਦਰੂਨੀ ਤੌਰ 'ਤੇ, ਇੱਕ ਤਾਂ ਬਹਿਰੂਨੀ ਤੌਰ 'ਤੇ ਹੈ ਨਾ, ਕਿਸੇ ਦਾ ਕੱਦ ਹਾਈਟ ਉੱਚੀ ਹੈ, ਕਿਸੇ ਦੀ ਥੋੜ੍ਹੀ ਛੋਟੀ ਹੈ, ਕੋਈ ਸਾਰਿਆਂ ਨਾਲੋਂ ਵਧੇਰੀ ਉੱਚਾ ਹੈ, 4-6 ਇੰਚ ਦਾ ਫਰਕ ਹੈ, ਕੋਈ ਉਹਨਾਂ ਦੇ ਨਾਲੋਂ 1-1.5 ਫੁੱਟ ਘੱਟ ਹੈ। ਇਹ ਬਹਿਰੂਨੀ ਕੱਦ ਕਾਠ ਹਨ, ਸਰੀਰਾਂ ਦੀ ਬਣਤਰ ਹੈ। ਇੱਕ ਹੈ ਅੰਦਰੂਨੀ ਮਨ ਦੀ ਬਣਤਰ, ਅੰਦਰੋਂ ਸਮਧਰ ਨਾ ਹੋਵੇ, ਅੰਦਰੋਂ ਮਧਰਾ ਕੱਦ ਨਾ ਹੋਵੇ, ਧਰਮ ਦੀ ਦੁਨੀਆ ਦੇ ਅੰਦਰ ਅੰਦਰੋਂ ਚੜ੍ਹਦੀ ਕਲਾ ਦੇ ਵਿੱਚ ਹੋਵੇ। ਸਤਿਗੁਰੂ ਕਹਿਣ ਲੱਗੇ ਅੰਦਰੋਂ ਮਧਰਾ ਨਾ ਬਣ, ਧਰਮ ਦੀ ਦੁਨੀਆ ਦੇ ਅੰਦਰ ਅੰਦਰੋਂ ਆਪਣੇ ਕੱਦ ਨੂੰ ਵਧਾ, ਵਿਚਾਰ ਨੂੰ ਵਧਾ। ਕਹਿੰਦੇ ਬਚਪਨਾ ਤੇਰਾ ਜਨਮ ਹੋਇਆ, ਜਨਮ ਤੋਂ ਬਾਅਦ ਬਚਪਨਾ ਆਇਆ, ਫਿਰ ਜਵਾਨੀ ਆਈ, ਫਿਰ ਬਜ਼ੁਰਗੀ ਆਈ ਅਤੇ ਜੀਵਨ ਯਾਤਰਾ ਸੰਪੂਰਨ ਹੋ ਗਈ, ਜੀਵਨ ਦਾ ਅੰਤ ਹੋ ਗਿਆ।
ਅੰਦਰ ਦਾ ਕੱਦ ਉਹਦੇ ਤਾਂ ਉੱਥੇ ਖਲੋਤਾ ਹੈ, ਇਹ ਨਹੀਂ ਵਧਾਇਆ। ਚਾਹੀਦਾ ਸੀ ਕਿ ਅੰਦਰੋਂ ਕੱਦ ਵੱਧ ਜਾਂਦਾ। ਜੇ ਦੁਨੀਆਂ ਦੇ ਅੰਦਰ ਸਰੀਰਕ ਤੌਰ 'ਤੇ ਤੇਰਾ ਕੱਦ ਵਧਿਆ ਬਚਪਨ ਜਨਮ ਤੋਂ ਲੈ ਕੇ ਹੁਣ ਤੱਕ, ਅਤੇ ਧਰਮ ਦੀ ਦੁਨੀਆਂ ਦੇ ਅੰਦਰ ਵੀ ਤੇਰਾ ਅੰਦਰੋਂ ਕੱਦ ਵਧਣਾ ਚਾਹੀਦਾ ਸੀ। ਜੇ ਨਹੀਂ ਵਧਿਆ ਫਿਰ ਧਿਆਨ ਦੇਣਾ, ਸਤਿਗੁਰੂ ਦੇ ਹੀ ਬਚਨ ਨੇ, ਇਆਣੀ ਬਾਲੀ, ਇਆਣੀ ਛੋਟੀ, ਜੇ ਕੱਦ ਨਹੀਂ ਵਧਿਆ ਤਾਂ ਫਿਰ ਇਆਣਾ ਹੈ। ਇਆਣੀ ਬਾਲੀ ਕਿਆ ਕਰੇ ਜਾਂ ਧਨ ਕੰਤ ਨਾ ਭਾਵੈ। ਜੇ ਮਾਲਕ ਨੂੰ ਪ੍ਰਵਾਨ ਨਹੀਂ ਹੋਈ ਭਾਈ ਨਹੀਂ, ਇਆਣੀ ਬਾਲੀ, ਕਰਨ ਭਲਾ ਕਰੇ ਬਹੁ ਤੇਰੇ ਸਾਤਨ ਮਹਿਲ ਨਾ ਪਾਵੈ। ਇਹ ਸਰੀਰ ਦੀਆਂ ਤਿੰਨ ਅਵਸਥਾ ਕਾਹੀਆਂ ਕਹੀਆਂ ਗਈਆਂ ਹਨ, ਬਾਲ, ਜਵਾਨੀ ਅਰ ਬਿਰਧ। ਇਹ ਤਿੰਨ ਅਵਸਥਾ, ਬਚਪਨ, ਜਵਾਨੀ ਅਤੇ ਬਜ਼ੁਰਗ ਅਵਸਥਾ। ਬਚਪਨ ਹੈ 10 ਸਾਲ ਤੱਕ, ਜ਼ਿਆਦਾ ਤੋਂ ਜ਼ਿਆਦਾ 12 ਸਾਲ ਤੱਕ, ਇਸਨੂੰ ਬਚਪਨ ਆਖਿਆ ਗਿਆ। ਅੱਗੇ ਆਉਂਦੀ ਹੈ ਫਿਰ ਜਵਾਨੀ, ਅਤੇ ਜਵਾਨੀ ਦੀ ਜਿਹੜੀ ਉਮਰ ਹੈ ਉਹ ਲਿਖੀ ਗਈ ਹੈ ਤਕਰੀਬਨ 16 ਸਾਲ ਤੋਂ ਆਰੰਭ ਹੁੰਦੀ ਹੈ। ਅੱਗੇ ਫਿਰ 40 ਸੀ ਪੁਰ ਹੋਏ 85 ਪੱਖ ਸੈ ਸੱਠੀ ਕਹਿ ਬੁੱਢੇ ਪਾਇਆ ਵੈ। ਵਿਚਕਾਰ ਇੱਕ ਛੋਟੀ ਜਿਹੀ ਉਮਰ ਹੈ, ਉਸਨੂੰ ਉਸਦੇ ਵੱਲ ਧਿਆਨ ਦੇਣਾ। ਪਹਿਲਾਂ ਬਚਪਨਾ ਹੈ ਫਿਰ ਜਵਾਨੀ ਹੈ। ਜਿਹੜੀ 10 ਸਾਲ ਤੱਕ ਬਚਪਨਾ ਜਾਂ 12 ਸਾਲ ਤੱਕ ਬਚਪਨਾ ਹੈ ਅਤੇ ਜਵਾਨੀ 16 ਸਾਲ ਤੋਂ ਆਰੰਭ ਹੋਣੀ ਸ਼ੁਰੂ ਹੁੰਦੀ ਹੈ। ਇਹ ਜਿਹੜਾ ਵਿਚਕਾਰ 4 ਸਾਲ ਦਾ ਸਮਾਂ ਹੈ ਨਾ, 12 ਸਾਲ ਤੋਂ ਲੈ ਕੇ 16 ਸਾਲ ਤੱਕ, ਇਸ ਨੂੰ ਕਹਿੰਦੇ ਨੇ ਇਆਣੀ ਬਾਲੀ, ਇਆਣੀ ਉਮਰ। ਇਹ 4 ਸਾਲ ਦੀ ਜਿਹੜੀ ਉਮਰ ਹੈ ਇਸ ਦੇ ਅੰਦਰ ਕੁਝ ਵਿਚਾਰ ਸਮਝਣ ਵਾਲੀ ਹੈ, ਤਾਂ ਕਿ ਸਾਨੂੰ ਫਿਰ ਇਹ ਸਮਝ ਲੱਗ ਸਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਨਮੋ ਸੂਰਜ ਸੂਰਜੇ ਅਤੇ ਨਮੋ ਚੰਦਰ ਚੰਦਰੇ ਆਖ ਰਹੇ ਨੇ, ਉਹਦਾ ਕੀ ਭਾਵ ਹੈ। ਕਿਧਰੇ ਸਤਿਗੁਰੂ ਰਹਿਮਤ ਅਤੇ ਬਖਸ਼ਿਸ਼ ਕਰਨ ਸਾਰੇ ਜਗਤ ਦੇ ਅੰਦਰ, ਹਰ ਘਰ ਦੇ ਅੰਦਰ ਸੁੱਖ ਵਰਤਾਓ, ਖੁਸ਼ੀਆਂ ਖੇੜੇ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਆਣੀ ਬਾਲੀ, ਆਪ ਵੀ ਸਾਰਿਆਂ ਨੂੰ ਪਤਾ ਹੈ ਅੱਜ ਤੋਂ ਕੁਝ ਸਮਾਂ ਪਹਿਲਾਂ ਸਾਡੇ ਸਮਾਜ ਦੇ ਅੰਦਰ ਬਚਪਨ ਦੇ ਅੰਦਰ ਹੀ ਬੱਚਿਆਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ। ਛੋਟੀ ਉਮਰ ਦੇ ਅੰਦਰ, ਅਤੇ ਜਿਹੜੀ ਇਆਣੀ ਬਾਲੀ ਸਤਿਗੁਰਾਂ ਨੇ ਆਖਿਆ ਉਹ ਇਸ ਵਾਸਤੇ ਆਖਿਆ ਹੈ, ਬੱਚੀ ਛੋਟੀ ਹੈ, 10-12 ਸਾਲ ਦੀ, 13 ਸਾਲ ਦੀ ਲਗਾ ਲਓ। ਉਸਦੀ ਮਾਤਾ ਦੀ ਤਬੀਅਤ ਠੀਕ ਨਹੀਂ ਰਹਿੰਦੀ, ਬੜਾ ਇਲਾਜ ਕਰਵਾਇਆ ਪਰ ਗੱਲ ਬਣੀ ਨਹੀਂ, ਜਾਂ ਪਿਤਾ ਦੀ ਤਬੀਅਤ ਠੀਕ ਨਹੀਂ ਰਹਿੰਦੀ। ਹੁਣ ਉਹ ਸੋਚਦੇ ਨੇ ਕਿ ਸਾਡੇ ਜਾਣ ਤੋਂ ਪਿੱਛੋਂ ਕੋਈ ਪਤਾ ਨਹੀਂ ਕਿਸ ਵੇਲੇ ਹੁਣ ਬਿਮਾਰੀ ਇਸ ਤਰ੍ਹਾਂ ਦੀ ਹੈ ਕਿ ਇਹ ਆਰਾਮ ਨਹੀਂ ਆ ਰਿਹਾ, ਅਤੇ ਬੱਚੀ ਦਾ ਕੀ ਬਣੇਗਾ। ਇਸ ਤਰ੍ਹਾਂ ਕਰਦੇ ਹਾਂ ਕਿ ਇਸ ਬੱਚੀ ਦਾ ਆਨੰਦ ਕਾਰਜ ਕਰ ਦੇਈਏ, ਵਿਆਹ ਕਰ ਦੇਈਏ, ਇਹਦੀ ਸ਼ਾਦੀ ਕਰ ਦੇਈਏ। ਉਹਦੀ ਉਹਨਾਂ ਸ਼ਾਦੀ ਕਰ ਦਿੱਤੀ, ਥੋੜ੍ਹੇ ਬੇਫਿਕਰ ਹੋ ਗਏ ਕਿ ਸਾਡੇ ਜਾਣ ਤੋਂ ਬਾਅਦ ਇਹਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇਆਣੀ ਬਾਲੀ ਕੈਸੀ ਹੈ, ਜਿਸ ਵੇਲੇ ਉਹ ਇਆਣੀ ਬਾਲੀ ਕਿਆ ਕਰੇ
ਸਹੁਰੇ ਘਰ ਆਈ ਜਿੱਥੇ ਉਸਦੀ ਸ਼ਾਦੀ ਹੋਈ, ਵਿਆਹ ਹੋਇਆ। ਇਸ ਛੋਟੀ ਜਿਹੀ ਉਮਰ ਦੇ ਅੰਦਰ ਨਾ ਤਾਂ ਉਹਨੂੰ ਕਿਚਨ ਦੇ ਅੰਦਰ ਲੰਗਰ ਪ੍ਰਸ਼ਾਦਾ ਬਣਾਉਂਦੇ ਬਾਰੇ, ਦਾਲ ਸਬਜ਼ੀ ਇਤਿਆਦਿਕ ਬਣਾਉਣ ਦੇ ਬਾਰੇ ਕੋਈ ਗਿਆਨ, ਕੋਈ ਨੌਲੇਜ, ਕੋਈ ਜਾਣਕਾਰੀ ਨਹੀਂ। ਦੂਸਰਾ, ਸਹੁਰੇ ਘਰ ਦੇ ਅੰਦਰ ਆ ਕੇ ਮੈਂ ਆਪਣੀ ਸੱਸ ਨੂੰ, ਆਪਣੇ ਸਹੁਰੇ ਨੂੰ, ਆਪਣੇ ਜੇਠ ਨੂੰ, ਆਪਣੇ ਦਿਓਰ ਨੂੰ, ਦੇਰਾਣੀਆਂ ਨੂੰ, ਜਠਾਣੀਆਂ ਨੂੰ, ਉਹਨਾਂ ਦੇ ਨਾਲ ਕਿਸ ਢੰਗ ਦੇ ਨਾਲ ਮੈਂ ਉਹਨਾਂ ਨੂੰ ਡੀਲ ਕਰਨਾ, ਕਿਸ ਤਰ੍ਹਾਂ ਉਹਨਾਂ ਦੇ ਨਾਲ ਪੇਸ਼ ਆਉਣਾ, ਕਿਸ ਤਰ੍ਹਾਂ ਉਹਨਾਂ ਦੇ ਨਾਲ ਗੱਲਬਾਤ ਕਰਨੀ, ਕਿਸ ਤਰ੍ਹਾਂ ਬੁਲਾਉਣਾ, ਇਹ ਉਸਨੂੰ ਕੋਈ ਗਿਆਨ ਨਹੀਂ, ਕੋਈ ਪਤਾ ਨਹੀਂ, ਕਿਉਂਕਿ ਇਆਣੀ ਬਾਲੀ ਹੈ। ਇਆਣੀ ਬਾਲੀ ਕਿਆ ਕਰੇ, ਜਾਂ ਤਨ ਕੰਤ ਨਾ ਭਾਵੈ। ਉਹ ਵਿਚਾਰੀ ਕੀ ਕਰੇ, ਕਰਨ ਪਲਾ ਕਰੇ ਬਹੁ ਤੇਰੇ, ਕਰਨ ਪਲਾ ਦਾ ਕੰਮ ਹੈ, ਇਹਦਾ ਭਾਵ ਇਹ ਹੈ ਕਿ ਜੋ ਕੰਮ ਉੱਪਰੋਂ ਉੱਪਰੋਂ ਉਪਰੇ ਉਪਰੇ ਕੀਤੇ ਜਾਣ, ਪਰ ਉਹਨਾਂ ਦਾ ਅੰਦਰੋਂ ਪਤਾ ਨਾ ਹੋਵੇ ਕਿਸ ਢੰਗ ਦੇ ਨਾਲ ਇਹ ਕਰਨੇ ਨੇ। ਢੱਕਵੰਜ ਕਰਨੇ, ਪਖੰਡ ਕਰਨਾ। ਹਜ਼ੂਰ ਕਹਿੰਦੇ, ਸੱਜਣਾ ਇਹ ਮਾਤ ਲੋਕ ਤੇਰਾ ਪੇਕਾ ਘਰ ਹੈ, ਇੱਕ ਦਿਨ ਤੂੰ ਸਹੁਰੇ ਘਰ ਜਾਣਾ, ਰੱਬ ਦੇ ਘਰ, ਪਰਲੋਕ ਦੇ ਅੰਦਰ। ਜੇ ਤੇਰਾ ਕੱਦ ਅੰਦਰੋਂ ਮਧਰਾ ਰਹਿ ਗਿਆ, ਧਰਮ ਦੀ ਦੁਨੀਆ ਦੇ ਅੰਦਰ ਤੈਨੂੰ ਕੋਈ ਵਿਚਾਰ, ਕੋਈ ਗਿਆਨ, ਗੁਰੂ ਦਾ ਉਪਦੇਸ਼, ਕੋਈ ਸਿੱਖਿਆ ਨਹੀਂ ਮਿਲ ਸਕੀ ਕਿ ਤੂੰ ਆਪਣੇ ਜੀਵਨ ਦੇ ਅੰਦਰ ਕੀ ਕਰਨਾ ਹੈ, ਅਤੇ ਕੋਈ ਸਿੱਖਿਆ ਨਹੀਂ, ਅਤੇ ਪਰਲੋਕ ਦੇ ਅੰਦਰ ਜਾ ਕੇ ਫਿਰ ਕੀ ਕਰੇਗਾ। ਜਿਸ ਤਰ੍ਹਾਂ ਉਹ ਆਣੀ ਬਾਲੀ ਨਾ ਕਿਚਨ ਦੇ ਅੰਦਰ ਲੰਗਰ ਪ੍ਰਸ਼ਾਦਾ ਤਿਆਰ ਕਰ ਸਕਦੀ ਹੈ, ਅਤੇ ਨਾ ਸਹੁਰੇ ਪਰਿਵਾਰ ਦੇ ਅੰਦਰ ਜਿਹੜੇ ਮੈਂਬਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਉਸਨੂੰ ਕੋਈ ਗਿਆਨ ਨਹੀਂ, ਕੋਈ ਨੌਲੇਜ ਨਹੀਂ, ਕੋਈ ਪਤਾ ਹੀ ਨਹੀਂ ਉੱਥੇ ਮੈਂ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ। ਕਰਨ ਪਲਾ ਕਹਿੰਦੇ, ਇਸ ਲਈ ਇਹਨੂੰ ਪਤਾ ਨਹੀਂ ਚੱਲਿਆ ਕਿਉਂਕਿ ਇਹਦੇ 'ਤੇ ਜਵਾਨੀ ਨਹੀਂ ਆਈ, ਇਹਨੂੰ ਸਮਝ ਹੀ ਕੋਈ ਨਹੀਂ। ਮੈਂ ਆਪਣੇ ਸੱਸ ਸਹੁਰੇ ਦੇ ਨਾਲ ਕਿਸ ਤਰ੍ਹਾਂ ਬੋਲਣਾ, ਕੀ ਗੱਲਬਾਤ ਕਰਨੀ ਹੈ, ਆਪਣੇ ਪਤੀ ਦੇ ਨਾਲ ਮੈਂ ਕਿਸ ਤਰ੍ਹਾਂ ਪੇਸ਼ ਆਉਣਾ ਜਿਸ ਦੇ ਨਾਲ ਮੇਰੀ ਸ਼ਾਦੀ ਹੋਈ ਹੈ। ਦੁਨਿਆਵੀ ਤੌਰ ਤਰੀਕੇ, ਦੁਨਿਆਵੀ ਢੰਗ ਉਸਨੂੰ ਕੋਈ ਪਤਾ ਨਹੀਂ, ਇਸ ਲਈ ਉਹਨੂੰ ਇਆਣੀ ਬਾਲੀ। ਜਿਤਨੀ ਦੇਰ ਤੱਕ ਤੇਰੇ 'ਤੇ ਜਵਾਨੀ ਨਹੀਂ ਆਈ, ਤੈਨੂੰ ਸਮਝ ਨਹੀਂ ਆਈ, ਤੈਨੂੰ ਪਤਾ ਹੀ ਨਹੀਂ ਚੱਲਿਆ, ਤੇਰਾ ਅੰਦਰੋਂ ਕੱਦ ਵੱਡਾ ਨਹੀਂ ਹੋਇਆ, ਅੰਦਰੋਂ ਸਮਝ ਕੋਈ ਨਹੀਂ ਪਈ, ਅੰਦਰੋਂ ਕੱਦ ਮਧਰਾ ਰਹਿ ਗਿਆ, ਫਿਰ ਇੱਕ ਹੋਰ ਬਚਨ ਸਾਹਿਬਾਂ ਫਰਮਾਇਆ ਬਾਣੀ ਦੇ ਅੰਦਰ, ਇਆਨੜੀਏ ਮਾਨੜਾ ਕਾਂਈ ਕਰੇ। ਕਿਉਂ ਮਾਣ ਕਰਨੀ ਹੈ, ਠੀਕ ਹੈ ਕੁਝ ਸਿਮਰਨ ਵੀ ਕਰਦੀ ਹੋਵੇਗੀ, ਕੁਝ ਸੇਵਾ ਵੀ ਕਰਦੀ ਹੋਵੇਗੀ, ਕੁਝ ਧਰਮ ਦੇ ਕਰਮ ਦਾਨ ਪੁੰਨ ਵੀ ਕਰਦੀ ਹੋਵੇਗੀ, ਪਰ ਤੈਨੂੰ ਕਿਸ ਗੱਲ ਦਾ ਮਾਣ, ਅੰਦਰੋਂ ਕਦ ਤੇ ਤੇਰਾ ਮਦਰ ਹੈ, ਅੰਦਰੋਂ ਤੈਨੂੰ ਧਰਮ ਦੀ ਸੋਝੀ ਤੇ ਆਈ ਕੋਈ ਨਹੀਂ। ਫਿਰ ਨਾ ਸਮਝੀ ਦੇ ਕਾਰਨ ਉੱਥੇ ਹੰਕਾਰ ਦੇ ਵਿੱਚ ਵਾਧਾ ਹੁੰਦਾ ਹੈ, ਅਤੇ ਉਹ ਬੰਦਾ ਸਮਝਦਾ ਹੈ ਸ਼ਾਇਦ ਮੈਂ ਕਿਧਰੇ ਪਹੁੰਚ ਗਿਆ ਹਾਂ, ਮੈਨੂੰ ਕਾਫੀ ਪ੍ਰਾਪਤੀ ਹੋ ਗਈ ਹੈ, ਪਰ ਅੰਦਰੋਂ ਕਦ ਮਧਰਾ ਹੋਣ ਦੇ ਕਾਰਨ, ਇਆਣੀ ਬਾਲੀ ਹੋਣ ਦੇ ਕਾਰਨ ਮਾਣ ਹੰਕਾਰ ਆ ਗਿਆ, ਪਰ ਅੰਦਰੋਂ ਸੋਝੀ ਨਹੀਂ ਆਈ ਉਸਨੂੰ। ਕਰਨ ਪਲਾ ਕਰੇ ਬਹੁ ਤੇਰੇ, ਉਹ ਸਾਧਕ, ਉਹ ਸਿੱਖ ਜਿਸਨੇ ਆਪਣੀ ਮਰਜ਼ੀ ਦੇ ਨਾਲ ਕਰਮ ਕੀਤੇ ਪਰ ਉਸਨੂੰ ਸਮਝ ਕੋਈ ਨਾ ਪਈ। ਇੱਕ ਕਰਨ ਪਲਾ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ, ਕਹਿੰਦੇ ਗੱਲਾਂ ਗੱਲਾਂ ਦੇ ਨਾਲ, ਕਹਿੰਦਾ ਮੈਂ ਅਸਮਾਨ ਤੋਂ ਤਾਰੇ ਤੋੜ ਲਿਆਉਂਦਾ, ਜਿਵੇਂ ਸਿੱਧਾਂ ਨੇ ਗੁਰੂ ਨਾਨਕ ਨੂੰ ਆ ਕੇ
ਭੰਗਰ ਨਾਥ ਵਰਗੀਆਂ ਨੇ, ਗੱਲਾਂ ਦੇ ਨਾਲ ਪਲਾਓ ਪਕਾ ਦੇਣੇ, ਤਿਆਰ ਕਰ ਦੇਣੇ, ਹਾਲਾਂਕਿ ਪਕਾਉਣ ਜੋਗਾ ਹੈ ਨਹੀਂ, ਨਾ ਹੀ ਉਸਨੂੰ ਬਣਾਉਣੇ ਆਉਂਦੇ ਨੇ। ਅਤੇ ਪਰਮਾਤਮਾ ਦੇ ਅੱਗੇ ਤੂੰ ਮੰਗ ਰੱਖਦਾ ਪਿਆ, ਪਰਮਾਤਮਾ ਮੈਨੂੰ ਤੂੰ ਦੀਦਾਰ ਬਖਸ਼ਿਸ਼ ਕਰ, ਮੈਂ ਤੇਰੇ ਦਰਸ਼ਨਾਂ ਦੇ ਵਾਸਤੇ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਦਾ ਹਾਂ। ਇੱਥੇ ਵਿਚਾਰ ਥੋੜ੍ਹੀ ਡੀਪਲੀ ਆਏਗੀ, ਗਹਿਰੀ ਆਏਗੀ। ਕਹਿਣ ਲੱਗਾ, ਸੱਜਣਾ ਤੂੰ ਮੰਗਣ ਵਾਸਤੇ ਤੇ ਆ ਗਏ, ਪਰਮਾਤਮਾ ਤੂੰ ਦਰਸ਼ਨ ਦੇ। ਉਹਦੇ ਦਰਸ਼ਨ ਲੈਣ ਵਾਸਤੇ ਤੇ ਤੂੰ ਆ ਗਿਆ। ਜਿਸ ਤਰ੍ਹਾਂ ਇੱਕ ਜ਼ਮੀਂਦਾਰ ਮੀਂਹ ਮੰਗ ਰਿਹਾ ਕਿ ਮੀਂਹ ਪੈ ਜਾਵੇ ਅਤੇ ਖੇਤ ਦੇ ਅੰਦਰ ਫਸਲ ਬੀਜਾਂ, ਜ਼ਮੀਨ ਥੋੜ੍ਹੀ ਨਰਮ ਹੋ ਜਾਵੇ ਅਤੇ ਫਿਰ ਉੱਥੇ ਫਸਲ ਚੰਗੀ ਹੋਏਗੀ। ਕਹਿੰਦੇ ਮੀਂਹ ਤਾਂ ਤੂੰ ਮੰਗਦਾ ਪਿਆ, ਪਰ ਮੀਂਹ ਦਾ ਜਿਹੜਾ ਪਾਣੀ ਆਏਗਾ ਉਸਨੂੰ ਸੰਭਾਲਣ ਦੇ ਵਾਸਤੇ ਤੂੰ ਕਿਆਰੇ ਤਾਂ ਬਣਾਏ ਕੋਈ ਨਹੀਂ, ਵੱਟਾਂ ਤਾਂ ਬਣਾਈਆਂ ਕੋਈ ਨਹੀਂ, ਅਤੇ ਪਾਣੀ ਕਿਸ ਤਰ੍ਹਾਂ ਸੰਭਾਲੇਗਾ? ਬਾਰਿਸ਼ ਆਏਗੀ, ਪਾਣੀ ਅੱਗੇ ਤੋਂ ਅੱਗੇ ਰੁੜ ਜਾਏਗਾ। ਤੂੰ ਰੱਬ ਦੇ ਦਰਸ਼ਨ ਮੰਗਦਾ ਪਿਆ ਅਤੇ ਰੱਬ ਦੇ ਦਰਸ਼ਨ ਕਰਨ ਵਾਸਤੇ ਤੈਨੂੰ ਉਹ ਜਿਹੀ ਆਪਣੀ ਯੋਗਤਾ ਵੀ ਬਣਾਉਣੀ ਹੈ, ਵੱਟਾਂ ਬਣਾਉਣੀ ਹੈ। ਅਤੇ ਵੱਟਾਂ ਬਣਾਉਣ ਵਾਸਤੇ ਬੰਦਾ ਕੀ ਕਰਦਾ? ਇਹ ਕਰਮ ਕਰਦਾ, ਆਪਣੇ ਯਤਨ ਕਰਦਾ। ਅਤੇ ਜੇ ਸਾਡੇ ਯਤਨਾਂ ਦੇ ਨਾਲ ਸਾਨੂੰ ਮਿਲਦਾ ਹੋਵੇ ਨਾ, ਫਿਰ ਰੱਬ ਛੋਟਾ ਪੈ ਜਾਂਦਾ। ਫਿਰ ਸੁਣ, ਵੱਡਾ ਆਖਿਆ ਸਭ ਕੋਏ, ਇਹ ਪੰਕਤੀ ਤੂੰ ਪੜ੍ਹ ਨਹੀਂ ਸਕਦਾ। ਫਿਰ ਤੇਰੇ ਯਤਨ ਵੱਡੇ ਨੇ, ਸਾਡੇ ਯਤਨਾਂ ਨਾਲ ਨਹੀਂ ਉਹਨੇ ਮਿਲਣਾ। ਮੈਂ ਸੁਣਿਆ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚੰਦਿਆ ਫਲ ਪਾਵਣਾ ਹੋ ਮੈਂ ਵਿੱਚੋਂ ਜਾਏ। ਸੇਵਾ ਕਰ ਲੈਣੀ, ਸਾਧਨਾ ਕਰ ਲੈਣੀ, ਸਿਮਰਨ ਕਰ ਲੈਣਾ, ਕੁਝ ਲੰਗਰਾਂ ਦੀ ਸੇਵਾ ਕਰ ਲੈਣੀ, ਕੁਝ ਪਰਉਪਕਾਰ ਕਰ ਲੈਣਾ, ਇਤਨਾ ਕੁਝ ਕਰਨ ਦੇ ਨਾਲ ਰੱਬ ਤੂੰ ਮਿਲ ਜਾਏਗਾ? ਕਹਿੰਦੇ ਕਦੇ ਚਿੱਤ ਕਦੇ ਵੀ ਨਹੀਂ ਮਿਲ ਸਕਦਾ। ਕਹਿੰਦਾ ਮੈਂ ਸਾਰੇ ਚੰਗੇ ਕੰਮ ਕੀਤੇ ਨੇ, ਸੇਵਾ ਕੀਤੀ ਹੈ, ਸਿਮਰਨ ਕੀਤਾ, ਦਾਨ ਪੁੰਨ ਕੀਤਾ, ਹੋਰ ਪਰਉਪਕਾਰ ਕੀਤੇ ਨੇ, ਇਤਨੇ ਚੰਗੇ ਕੰਮ ਕੀਤੇ ਨੇ, ਹੁਣ ਤਾਂ ਰੱਬ ਮਿਲਣਾ ਚਾਹੀਦਾ। ਇਹ ਮੇਰੇ ਯਤਨ, ਮੇਰੀਆਂ ਕੋਸ਼ਿਸ਼ਾਂ ਨੇ। ਕਹਿੰਦੇ ਨਹੀਂ ਮਿਲ ਸਕਦਾ। ਫਿਰ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਇੱਕ ਬਚਨ ਫਰਮਾਇਆ, ਹਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੈ। ਕਹਿੰਦੇ ਉਹ ਤਾਂ ਤੇਰੇ ਪਾਸ ਆਈ ਕੋਈ ਨਹੀਂ, ਅੰਦਰੋਂ ਕਦ ਤੇਰਾ ਮਦਰਾ ਰਹਿ ਗਿਆ, ਅੰਦਰ ਨਿਮਰਤਾ ਆਈ ਕੋਈ ਨਹੀਂ। ਹਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੈ, ਹਉ ਤਿਸ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੈ। ਪਰਾਏ ਧਨ ਕਈ ਵਾਰ ਧਾਰਮਿਕ ਅਸਥਾਨਾਂ 'ਤੇ ਵੀ ਕਿਸੇ ਦਾ ਫੋਨ ਚੁੱਕਿਆ ਜਾਂਦਾ, ਕਿਸੇ ਦਾ ਪਰਸ ਚੋਰੀ ਹੋ ਜਾਂਦਾ, ਅੰਦਰੋਂ ਕਦ ਮਧਰਾ ਹੋਣ ਦੇ ਕਾਰਨ, ਨਾ ਸਮਝੀ ਦੇ ਕਾਰਨ ਇਸ ਤਰ੍ਹਾਂ ਦੇ ਕਰਮ ਹੁੰਦੇ ਨੇ। ਅਤੇ ਗੁਰਮਤਿ ਦਾ ਸਿਧਾਂਤ ਕਹਿ ਰਿਹਾ, ਹਉ ਤਿਸ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੈ। ਦਰਬ ਕਤਾਂ ਹਉ ਤਿਸ ਘੋਲ ਘੁਮਾਇਆ, ਕਿਸ ਤਰ੍ਹਾਂ ਰੱਬ ਖੁਸ਼ ਹੋਵੇਗਾ? ਵੱਟਾਂ ਪਾਈਆਂ ਕੋਈ ਨਹੀਂ, ਮੀਂਹ ਪਾਉਣ ਦੇ ਵਾਸਤੇ ਪਾਣੀ ਦੀ ਸੰਭਾਲ ਕਰਨ ਵਾਸਤੇ ਪ੍ਰਬੰਧ ਕੀਤਾ ਕੋਈ ਨਹੀਂ, ਆ ਕੇ ਕਹਿਣਾ ਮਹਾਰਾਜ ਮੈਨੂੰ ਦਰਸ਼ਨ ਦਿਓ, ਤੂੰ ਆਪਣੀ ਵੈਸੀ ਯੋਗਤਾ 'ਤੇ ਬਣਾ, ਤੇਰਾ ਅੰਦਰੋਂ ਕਦ ਬਹੁਤ ਮਧਰਾ ਹੈ ਉਸ ਕਦ ਨੂੰ ਵੱਡਾ ਕਰ। ਪਰਉਪਕਾਰ, ਸ਼ੁਭ ਕਰਮ,
ਇਹ ਕਰਨੇ, ਇਹ ਵੱਟਾਂ ਬਣਾਉਣੀਆਂ ਨੇ। ਜਿਸ ਦਿਨ ਗੁਰੂ ਦੀ ਬਖਸ਼ਿਸ਼ ਹੋ ਜਾਣੀ ਹੈ ਨਾ, ਫਿਰ ਐਸੀ ਨਦਰੇ ਰਹਿਮਤ ਕਿਰਪਾ ਦ੍ਰਿਸ਼ਟੀ ਦੀ ਬਾਰਿਸ਼ ਹੋਣੀ ਹੈ, ਉਹ ਤੇਰੇ ਕੋਲੋਂ ਸੰਭਾਲੀ ਵੀ ਨਹੀਂ ਜਾਣੀ। ਸਾਵਣ ਦੇ ਮਹੀਨੇ ਜਦੋਂ ਬੱਦਲ ਆਉਂਦੇ ਨੇ, ਬਾਰਿਸ਼ਾਂ ਹੀ ਆਉਂਦੀਆਂ ਨੇ, ਕਈ ਵਾਰ ਜ਼ੋਰ ਸ਼ੋਰ ਦੇ ਨਾਲ ਦੋ ਦੋ ਤਿੰਨ ਤਿੰਨ ਦਿਨ ਲਗਾਤਾਰ ਝੜੀ ਲੱਗੀ ਰਹਿੰਦੀ ਹੈ, ਬਾਰਿਸ਼ਾਂ ਆਉਂਦੀਆਂ, ਗਲੀਆਂ ਨਦੀਆਂ ਨਾਲੇ ਸਾਰੇ ਭਰ ਜਾਂਦੇ ਹਨ, ਪਾਣੀ ਹੀ ਪਾਣੀ। ਉਹ ਸਾਵਣ ਦੇ ਮਹੀਨੇ ਹੀ ਹੁੰਦਾ ਹੈ ਜਾਂ ਅੱਗੋਂ ਪਿੱਛੋਂ ਕਦੇ ਕਦਾਈ, ਜਿਸ ਤਰ੍ਹਾਂ ਪਿਛਲੇ ਦੋ ਦਿਨਾਂ ਦੇ ਵਿੱਚ ਹੋਇਆ। ਪਰ ਉਸ ਨਿਰੰਕਾਰ ਦੀ, ਜਿਸਨੂੰ ਨਮੋ ਸੂਰਜ ਸੂਰਜੇ ਆਖ ਰਹੇ ਨੇ, ਨਮੋ ਚੰਦਰ ਚੰਦਰੇ ਆਖ ਰਹੇ ਨੇ, ਹੇ ਨਿਰੰਕਾਰ ਵਾਹਿਗੁਰੂ, ਸੂਰਜਾਂ ਦੇ ਮਹਾਨ ਇੱਕ ਸੂਰਜੇ, ਅਨੇਕਾਂ ਚੰਦਰਮਾਵਾਂ ਨੂੰ ਪੈਦਾ ਕਰਨ ਵਾਲਾ ਮਹਾਨ ਇੱਕ ਸ਼ੀਤਲਦਾਤਾ ਘਰ, ਇਹ ਠੰਡਕ, ਹੇ ਸਸ, ਮੈਂ ਤੈਨੂੰ ਨਮਸਕਾਰ ਕਰਨਾ, ਕਿਉਂਕਿ ਤੂੰ 12 ਮਹੀਨੇ ਹੀ ਰਹਿਮਤਾਂ ਦੀ ਬਾਰਿਸ਼ ਕਰਨਾ ਹੈ। ਉਹ ਬਾਰਿਸ਼ ਤਾਂ ਕੇਵਲ ਸਾਵਣ ਦੇ ਮਹੀਨੇ ਹੋਵੇਗੀ, ਪਰ ਜਿਹੜੀ ਤੂੰ ਬਾਰਿਸ਼ ਕਰਨਾ ਪਿਆ, ਇਹ 12 ਮਹੀਨੇ ਹੀ ਲਗਾਤਾਰ ਹੁੰਦੀ ਹੈ, ਔਰ ਹਰ ਇੱਕ 'ਤੇ ਹੁੰਦੀ ਹੈ। ਇਹ ਨਾ ਕੋਈ ਸਮਝੇ ਕਿਸੇ ਨੇ ਕੋਈ ਖਾਸ ਗਿਆਨੀਆਂ ਧਿਆਨੀਆਂ ਵਾਲਾ, ਸਾਧੂਆਂ ਸੰਤਾਂ ਵਾਲਾ ਕੋਈ ਬਾਣਾ ਪਹਿਨਿਆ ਹੋਇਆ, ਇਹਨਾਂ ਦੀ ਉੱਪਰ ਰਹਿਮਤ ਵਧੇਰੇ ਹੋਵੇਗੀ। ਨਹੀਂ, ਸਾਰੀਆਂ 'ਤੇ ਹੀ ਰਹਿਮਤ ਉਸਦੀ ਉੱਪਰ ਹੁੰਦੀ ਹੈ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਕਨੇਰੀ। ਜੇ ਯੋਗਤਾ ਘੱਟ ਹੈ ਤਾਂ ਫਿਰ ਉਹ ਰਹਿਮਤ ਦੀ ਬਾਰਿਸ਼ ਘੱਟ ਹੋਈ, ਯੋਗਤਾ ਪੂਰੀ ਹੋ ਗਈ ਉੱਥੇ ਕਨੇਰੀ ਬਾਰਿਸ਼ ਹੋ ਗਈ, ਰਹਿਮਤਾਂ ਬਖਸ਼ਿਸ਼ਾਂ ਹੋ ਗਈਆਂ। ਸਤਿਗੁਰੂ ਕਹਿਣ ਲੱਗੇ ਤੂੰ ਆਪਣੀ ਯੋਗਤਾ ਬਣਾ। ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਸੂਰਜਾਂ ਨੂੰ ਬਣਾਉਣ ਵਾਲੇ ਉਸ ਮਹਾਨ ਸੂਰਜ ਨੂੰ ਨਮਸਕਾਰ ਕਰਦੇ ਹਨ। ਇਹਨਾਂ ਅਨੇਕਾਂ ਚੰਦਾਂ ਨੂੰ ਬਣਾਉਣ ਵਾਲੇ, ਬ੍ਰਹਿਮੰਡ ਦੇ ਅੰਦਰ ਕਿਤਨੇ ਚੰਦ ਹਨ, ਹੋਰਨਾਂ ਬ੍ਰਹਿਮੰਡਾਂ ਦੇ ਅੰਦਰ ਸੂਰਜ ਅਤੇ ਚੰਦ, ਇਹਨਾਂ ਸਾਰਿਆਂ ਨੂੰ ਬਣਾਉਣ ਵਾਲਿਆ ਤੈਨੂੰ ਨਮਸਕਾਰ ਹੈ, ਤੈਨੂੰ ਮੱਥਾ ਟੇਕਦੇ ਹਾਂ, ਤੈਨੂੰ ਨਮਸਕਾਰ ਕਰਦੇ ਹਾਂ। ਨਮੋ ਸੂਰਜ ਸੂਰਜੇ, ਨਮੋ ਚੰਦ੍ਰ ਚੰਦ੍ਰੇ, ਹੇ ਚੰਦਾਂ ਦੇ, ਚੰਦਾਂ ਨੂੰ ਬਣਾਉਣ ਵਾਲੇ ਮਹਾਨ ਚੰਦ, ਅਨੇਕਾਂ ਸੂਰਜਾਂ ਨੂੰ ਬਣਾਉਣ ਵਾਲੇ ਮਹਾਨ ਸੂਰਜ, ਤੈਨੂੰ ਨਮਸਕਾਰ ਹੈ। ਨਮੋ ਰਾਜੇ ਰਾਜੇ, ਚੰਦ ਨੂੰ ਰੋਸ਼ਨੀ ਦੇਣ ਵਾਲੇ, ਸੂਰਜ ਨੂੰ ਰੋਸ਼ਨੀ ਦੇਣ ਵਾਲੇ, ਤੈਨੂੰ ਨਮਸਕਾਰ ਹੈ, ਤੂੰ ਰਾਜਿਆਂ ਦਾ ਰਾਜਾ ਹੈ। ਬੜੇ ਬੜੇ ਤਾਕਤਵਰ, ਬੜੇ ਬੜੇ ਚੱਕਰਵਰਤੀ ਸਮਰਾਟ ਤੂੰ ਦੁਨੀਆਂ 'ਤੇ ਪੈਦਾ ਕੀਤੇ, ਬੜੇ ਬੜੇ ਵੱਡੇ ਬਾਦਸ਼ਾਹ ਹੋਏ, ਅਤੇ ਸਾਰੀਆਂ ਤੋਂ ਵੱਡਾ ਇਹਨਾਂ ਨੂੰ ਜੋ ਸਵਰਗ ਦਾ ਰਾਜਾ ਇੰਦਰ ਮੰਨਿਆ ਜਾਂਦਾ ਹੈ, ਉਸ ਰਾਜੇ ਨੂੰ ਵੀ ਬਣਾਉਣ ਵਾਲਾ ਤੂੰ ਹੈ, ਕਿਉਂਕਿ ਤੇਰੇ ਵਰਗਾ ਰਾਜਾ ਹੋਰ ਕੋਈ ਨਹੀਂ। ਕੋ ਹਰ ਸਮਾਨ ਨਹੀਂ ਰਾਜਾ। ਜਿਸ ਵੇਲੇ ਪੁਰਾਤਨ ਧਾਰਮਿਕ ਪੁਸਤਕਾਂ ਪੜ੍ਹਦੇ ਹਾਂ ਤਾਂ ਉਹਨਾਂ ਦੇ ਅੰਦਰ ਖਿਆਲ ਆਉਂਦਾ ਹੈ ਕਿ ਕਈ ਵਾਰ ਇਹ ਜਿਹੜਾ ਸਵਰਗ ਦਾ ਰਾਜਾ ਇੰਦਰ ਹੈ, ਇਹਦੇ ਕੋਲੋਂ ਕਈ ਵਾਰ ਸਵਰਗ ਦੇ ਵਿੱਚੋਂ ਇੰਦਰ ਦੀ ਪਦਵੀ ਖੋਈ ਗਈ ਅਤੇ ਇਸ ਨੂੰ ਸਵਰਗ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਫਿਰ ਇਸਨੇ ਜਾ ਕੇ ਬੰਦਗੀ ਕੀਤੀ, ਭਗਤੀ ਕੀਤੀ, ਮੁਆਫੀਆਂ ਮੰਗੀਆਂ ਅਤੇ ਫਿਰ ਇਸ ਨੂੰ ਰਾਜ ਭਾਗ ਦੁਬਾਰਾ ਪ੍ਰਾਪਤ ਹੋਇਆ। ਪਤਾ ਨਹੀਂ ਕਿਤਨੀ ਕੁ ਵਾਰ ਕੱਢਿਆ ਗਿਆ ਅਤੇ ਕਿਤਨੀ ਕੁ ਵਾਰ ਪ੍ਰਾਪਤ ਹੋਇਆ। ਪਰ ਨਿਰੰਕਾਰ ਤੂੰ ਐਸਾ ਰਾਜਾ ਹੈ, ਪਹਿਲਾਂ ਵੀ ਸੀ, ਹੁਣ ਵੀ ਹੈ, ਸ੍ਰਿਸ਼ਟੀ ਨਹੀਂ ਹੋਵੇਗੀ, ਤੂੰ ਫਿਰ ਵੀ, ਤੂੰ ਸਦਾ ਸਲਾਮਤ ਨਿਰੰਕਾਰ, ਕਾਇਮ ਦਾਇਮ ਸਦਾ ਪਾਤਸ਼ਾਹੀ, ਸਦੀਵੀ ਕਾਇਮ ਰਹਿਣ ਵਾਲਾ ਪਾਤਸ਼ਾਹ। ਨਮੋ ਰਾਜੇ ਰਾਜੇ, ਨਮੋ ਇੰਦਰ ਇੰਦਰੇ, ਇਹਨਾਂ ਇੰਦਰ ਵਰਗੇ ਰਾਜਿਆਂ ਨੂੰ ਬਣਾਉਣ ਵਾਲੇ ਤੂੰ, ਹੇ ਪਰਮਾਤਮਾ ਤੈਨੂੰ ਨਮਸਕਾਰ ਹੈ।
नमो अंधकारे नमो तेज तेजे। तेज प्रकाश, तेज प्रताप, नूर, रोशनी, प्रकाश तू है हे निरंकार। ये रोशनी तू है, तेज प्रताप तप तेज तू है, प्रकाश तू है, नूर तू है, फिर हनेरा बनाने वाला कोई और दूसरा परमात्मा है? नहीं, हनेरा भी तू ही बनाया है, हनेरा रूप भी तू ही है। हनेरा बनाने वाला कोई दूसरा नहीं। इस अंधकार नू बनाने वालिया मैं तेनू नमो नमस्कार करदा। नमो अंधकारे नमो तेज तेजे। तेज प्रकाश वाले मालिक, ए ते रोशनी, ए नूर, ए प्रकाश बनाने वाले तेनू नमस्कार है। नमो बृंद बृंदे। हे निरंकार वाहेगुरु तेनू नमस्कार। तू बेअंत प्राणिया दे इकट्ठ नू बनाउण वाला, कुछ सरगुण ने ते कुछ अणु रूप दे अंदर सूक्ष्म तो सूक्ष्म ने, उन्हां नू भी तू बनाया। अणुआ परजंत हजूर बाणी दे अंदर जिक्र करदे ने, कहिवें उह भी अनेकां ने, बेअंत ने, उन्हां दी भी गिणती कोई नहीं, किसी खास दूरबीन दे नाल ही वो वेखे जा सकते ने। साकार रूप दे अंदर ना होण दे कारण वो नज़र नहीं आउंदे। सरगुण रूप बनाना है ते तू बनाण वाला है, सूक्ष्म तो सूक्ष्म रूप बनाण वाला है। नमो बीज बीजे, जिथों इन्हां दी उत्पत्ति है, जिथों तू इन्हां नूं पैदा कीता है, हे निरंकार वाहिगुरु वो तेरी बरकत नाल पैदा होए ने, इसलिए तैनू नमस्कार है, तैनू नमस्कार है। फिर उस छंत नूं पढ़ लईए। नमो सूरज सूरजे, नमो चंद्र चंद्रे, नमो राज राजे, नमो इंद्र इंद्रे, नमो अंधकारे नमो तेज तेजे, नमो बृंद बृंदे नमो बीज बीजे। हे निरंकार वाहिगुरु तेनू नमस्कार है, सर्वशक्तिमान तेनू नमस्कार है, सदीवी काल रहन वाले, हर वक्त मौजूद रहन वाले तेनू नमस्कार है। उस मालक नू नमस्कार करदे पए ने कलगीधर दशमेश पिता साहिब श्री गुरु गोबिंद सिंह जी महाराज। इत्थे तक 185 नंबर ए छंत संपूर्ण हुंदा है। भुल्लां चुक्कां खिमां। वाहिगुरु जी का खालसा, वाहिगुरु जी की फतेह। राम कले।